जिन्हां बयानां दे विच मैं देख रहा भी तुसी ईसाई भाईचारे दे मगर पूरा पए हो। मैं ईसाई भाईचारे तुहानूं कहना चाहुंदा, ईसाई भाईचारा नहीं है, ईसाई भाईचारा नहीं हैगा, पंजाब है, पंजाब पंजाबियां दा है, हिंदू सिखां दा पंजाब है। जे मुस्लिम भाईचारा मलेरकोटला हैगा चलो ते मुस्लिम भाईचारे दा ही पंजाब है, ईसाइयां दा पंजाब नहीं हैगा। ये अंग्रेज़ ने, ये अंग्रेज़ ने जिहड़े कि साडे पंजाब नूं खतम करना चाहुंदे ने। साडे पंजाबी जिहड़े आ बड़े भोले हुंदे आ, जदों कोई उहनां दे घर दे विच कोई बीमार हो जांदा है, कोई दुख तकलीफ हो जांदी है, ते उहनां दे घरां दे विच जांदे आ, इह कहिंदे तुसीं ठीक हो जाओगे, तुहानूं असीं पैसे दिंदे आ जी। और जिहड़ियां भैणां मातावां मजबूर बेचारियां पंजाब दे विच रहण वालियां ने, उह इहनां तों बेवकूफ बन जांदियां ने, उह चले जांदियां चर्च दे विच। ਤੁਸੀਂ ਮੈਨੂੰ ਕਹਿ ਰਹੇ ਹੋ ਵੀ ਅੱਗ ਲਾਉਣ ਦਾ ਕੰਮ ਨਹੀਂ ਕੀਤਾ ਜਾ ਰਿਹਾ, ਅੱਜ ਸਭ ਤੋਂ ਜ਼ਿਆਦਾ ਸਿੱਖ ਭਾਈਚਾਰਾ ਜਿਹੜਾ ਕਨਵਰਟ ਹੋ ਰਿਹਾ। ਪਰ ਜੇ ਪੰਜਾਬ ਹਿੰਦੂਆਂ ਦਾ ਵੀ ਹੈ, ਪੰਜਾਬ ਸਿੱਖਾਂ ਦਾ ਵੀ ਹੈ, ਜਦੋਂ ਪੰਜਾਬ ਦੇ ਵਿੱਚ ਕੋਈ ਲੜਾਈ ਲੜਨੀ ਹੁੰਦੀ ਹੈ, ਸਾਰਿਆਂ ਤੋਂ ਅੱਗੇ ਅੱਗ ਦੇ ਵਿੱਚ ਸਿੱਖ ਹੀ ਕਿਉਂ ਮੱਚਦਾ, ਹਿੰਦੂ ਕਿਉਂ ਮੱਚਦਾ? ਤੁਸੀਂ ਅੰਮ੍ਰਿਤਪਾਲ ਦੀ ਸਪੋਰਟ ਕਰ ਰਹੇ ਹੋ? ਮੈਂ ਬਿਲਕੁਲ ਕਰਾਂਗਾ ਜੀ ਅੰਮ੍ਰਿਤਪਾਲ ਦੀ ਸਪੋਰਟ, ਉਹਦੇ ਬਿਆਨ 'ਤੇ ਕਰਾਂਗਾ ਅੰਮ੍ਰਿਤਪਾਲ ਦੀ ਸਪੋਰਟ, ਜਿਹੜਾ ਉਹਨੇ ਬੋਲਿਆ ਵੀ ਆਪਣਾ ਕੀ ਕਹਿੰਦੇ ਆ ਵੀ ਜਿਹੜੇ ਤੁਹਾਡੇ ਬਾਬਾ ਜੀ, ਮੈਂ ਬੋਲ ਵੀ ਦਿੰਦਾ, ਮੈਂ ਬਿਆਨ ਵੀ ਦੇ ਦਿੰਦਾ ਵੀ ਜਿਹੜੇ ਤੁਹਾਡੇ ਹੈਗੇ ਆ ਆਪਣੇ ਯਸ਼ੂ ਭਗਵਾਨ, ਜੇ ਉਹ ਆਪਣੇ ਆਪ ਨੂੰ ਨਹੀਂ ਬਚਾ ਸਕੇ ਤਾਂ ਕਿਹਨੂੰ ਬਚਾਣਗੇ? ਮੈਂ ਬਿਲਕੁਲ ਕਹਿੰਦਾ ਇਸ ਬਿਆਨ ਦੇ ਵਿੱਚ ਤੁਸੀਂ ਇਸ ਬਿਆਨ ਦੀ ਸਪੋਰਟ ਕਰਦੇ ਹੋ? ਬਿਲਕੁਲ ਸਪੋਰਟ ਕਰਦਾ ਜੀ, ਠੋਕ ਕੇ ਸਪੋਰਟ ਕਰਦਾ ਜਿੱਥੇ ਮੇਰੀ ਲੋੜ ਲੱਗੂਗੀ। ਸੰਗਠਨ ਕਿਹੜਾ ਤੁਹਾਡਾ? ਸਾਡਾ ਮਹਾਂਦੇਵ ਸੇਵਾ ਦਲ ਵੀ ਹੈ ਜੀ, ਆਜ਼ਾਦ ਯੁਵਾ ਸ਼ਕਤੀ ਸੰਘ ਦਾ ਮੈਂ ਪ੍ਰਧਾਨ ਹਾਂ ਜੀ, ਔਰ ਭਾਜਪਾ ਤੋਂ ਵੀ ਹਾਂ ਜੀ। ਮੈਂ ਆਪਣੇ ਭਰਾਵਾਂ ਨੂੰ ਲੈ ਕੇ ਜਿਹੜੇ ਮੇਰੇ ਨਾਲ ਚੱਲਣਾ ਚਾਹੁੰਦੇ ਹੋਣੇ ਆ, ਮੈਂ ਅੰਮ੍ਰਿਤਪਾਲ ਦੀ ਪੂਰੀ ਸਪੋਰਟ ਕਰੂੰਗਾ ਸਿਰਫ ਇਸ ਬਿਆਨ 'ਤੇ। ਸਾਡੇ ਲੋਕ ਗੱਲ ਕਰਦੇ ਆ, ਕੋਈ ਗੱਲ ਕਰਦਾ ਹਿੰਦੁਸਤਾਨ ਦੀ, ਕੋਈ ਗੱਲ ਕਰਦਾ ਖਾਲਿਸਤਾਨ ਦੀ, ਉਹ ਬਣਦਾ ਇਸਤਾਨ ਰਿਹਾ, ਆਪਸ 'ਚ ਤਾਂ ਫੇਰ ਲੜ ਲਾਂਗੇ। ਔਰ ਮੈਂ ਤੁਹਾਨੂੰ ਸਾਬਤ ਕਰਕੇ ਦਿਖਾ ਦਿਆਂਗਾ, ਜਿਹੜੀ ਹਿੰਦੂ ਸਿੱਖਾਂ ਦੀ ਆਪਸ ਦੇ ਵਿੱਚ ਲੜਾਈ ਹੈ ਨਾ ਜੀ, ਉਹ ਕਰਵਾਈ ਈਸਾਈਆਂ ਨੇ, ਡਿਵਾਈਡਡ ਐਂਡ ਰੂਲ। ਜਤਿੰਦਰ ਜੀ ਬੜਾ ਚੰਗਾ ਲੱਗਾ ਤੁਹਾਡੇ ਨਾਲ ਗੱਲ ਕਰਕੇ, ਪਰ ਤੁਹਾਡੇ ਕਾਫੀ ਮੈਂ ਬਿਆਨ ਦੇਖੇ ਹੈ, ਜਿਹਨਾਂ ਬਿਆਨਾਂ ਦੇ ਵਿੱਚ ਮੈਂ ਦੇਖ ਰਿਹਾ ਵੀ ਤੁਸੀਂ ਈਸਾਈ ਭਾਈਚਾਰੇ ਦੇ ਮਗਰ ਪੂਰਾ ਪਏ ਹੋ। ਨਹੀਂ, ਮੈਂ ਈਸਾਈ ਭਾਈਚਾਰੇ ਤੁਹਾਨੂੰ ਕਹਿਣਾ ਚਾਹੁੰਦਾ, ਈਸਾਈ ਭਾਈਚਾਰਾ ਨਹੀਂ ਹੈਗਾ, ਈਸਾਈ ਭਾਈਚਾਰਾ ਨਹੀਂ ਹੈਗਾ, ਪੰਜਾਬ ਹੈ, ਪੰਜਾਬ ਪੰਜਾਬੀਆਂ ਦਾ ਹੈ, ਹਿੰਦੂ ਸਿੱਖਾਂ ਦਾ ਪੰਜਾਬ ਹੈ। ਜੇ ਮੁਸਲਿਮ ਭਾਈਚਾਰਾ ਮਲੇਰਕੋਟਲਾ ਹੈਗਾ ਚਲੋ ਤੇ ਮੁਸਲਿਮ ਭਾਈਚਾਰੇ ਦਾ ਹੀ ਪੰਜਾਬ ਹੈ, ਈਸਾਈਆਂ ਦਾ ਪੰਜਾਬ ਨਹੀਂ ਹੈਗਾ। ਇਹ ਅੰਗਰੇਜ਼ ਨੇ, ਇਹ ਅੰਗਰੇਜ਼ ਨੇ ਜਿਹੜੇ ਕਿ ਸਾਡੇ ਪੰਜਾਬ ਨੂੰ ਖਤਮ ਕਰਨਾ ਚਾਹੁੰਦੇ ਨੇ। ਅੱਜ ਤੁਸੀਂ ਦੇਖੋ ਕਿੰਨੇ ਬੁਰੇ ਹਾਲਾਤ ਹੋ ਗਏ ਨੇ, ਗੁਰਦਾਸਪੁਰ ਨੂੰ ਸਾਰਾ ਖਾ ਗਏ ਨੇ ਜੀ, ਇਹ ਗੁਰਦਾਸਪੁਰ ਜਾ ਕੇ ਦੇਖੋ ਨਾ ਕੀ ਹਾਲਾਤ ਬਣ ਰਹੇ ਨੇ। ਮੈਂ ਤੁਹਾਡੇ ਨਾਲ ਆਪਣੇ ਪਰਸਨਲ ਐਕਸਪੀਰੀਅੰਸ ਸਾਂਝੇ ਕਰ ਦਾਂਗਾ, ਜਿਹੜੇ ਮੇਰੇ ਨਾਲ ਹੋਏ ਨੇ, ਬੇੜਾ ਗਰਕ ਕਰਕੇ ਰੱਖ ਦਿੱਤਾ ਇਹਨਾਂ ਨੇ ਪੰਜਾਬ ਦਾ। ਇਹ ਕੀ ਕਰਦੇ ਨੇ, ਇਹ ਜਾਦੂ ਕਰ ਦਿਆਂਗੇ ਜੀ, ਇਹ ਕਰ ਦਿਆਂਗੇ, ਉਹ ਕਰ ਦਿਆਂਗੇ, ਕਿੱਥੋਂ ਆ ਗਏ ਟੋਂਗ ਪੰਜਾਬ ਦੇ ਵਿੱਚ? ਹੱਸਦੇ ਵੱਸਦੇ ਪੰਜਾਬ ਨੂੰ ਇਹਨਾਂ ਨੇ ਜਿਹੜਾ ਵਾਇਰਸ ਫੈਲਾਤਾ, ਅਸੀਂ ਤਾਂ ਵਾਇਰਸ ਕੱਟਣ ਦਾ ਕੰਮ ਕਰ ਰਹੇ ਹਾਂ, ਵਾਇਰਸ ਨੂੰ ਉਡਾ ਕੇ ਰੱਖ ਦਿਆਂਗੇ ਜਦੋਂ ਖਤਮ ਕਰਾਂਗੇ ਜਿਹੜੇ ਲੋਕ ਕਰ ਰਹੇ ਨੇ। ਤੁਸੀਂ ਇੱਕ ਸ਼ਬਦ ਵਰਤਿਆ ਵੀ ਇਹ ਭਾਈਚਾਰਾ ਜਿਹੜਾ ਆ ਪੰਜਾਬ ਦਾ ਨਹੀਂ, ਅੰਗਰੇਜ਼ਾਂ ਦਾ ਹੈ। ਅੰਗਰੇਜ਼ਾਂ ਦਾ ਸਵਾਲ ਪੈਦਾ ਹੋ ਗਿਆ, ਉੱਥੋਂ ਕੋਈ ਜਹਾਜ਼ ਭਰ ਭਰ ਕੇ ਥੋੜ੍ਹਾ ਲਿਆਉਂਦੇ ਸਨ, ਬਣਾਏ ਗਏ ਸਮੁੰਦਰੀ ਜਹਾਜ਼ ਆਏ ਸੀ, ਹੋਏ ਤੇ ਆਪਣੇ ਲੋਕਾਂ ਨੇ ਧਰਮ ਪਰਿਵਰਤਨ ਕੀਤਾ ਹੈ ਨਾ? ਆਪਣੇ ਲੋਕਾਂ ਨੇ ਧਰਮ ਪਰਿਵਰਤਨ ਨਹੀਂ ਕੀਤਾ, ਜਿਹੜੇ ਉਹਨਾਂ ਦਾ ਵਾਇਰਸ ਸੀਗਾ ਜਿੱਦਾਂ ਕਰੋਨਾ ਵਾਇਰਸ ਫੈਲਿਆ ਸੀ ਉੱਦਾਂ ਫੈਲ ਰਹੇ ਨੇ ਇਹ। ਜਿਹੜੇ ਉਹਨਾਂ ਦੇ ਲੋਕ ਸੀਗੇ, ਸਾਡੇ ਪੰਜਾਬੀ ਜਿਹੜੇ ਆ ਬੜੇ ਭੋਲੇ ਹੁੰਦੇ ਆ, ਜਦੋਂ ਕੋਈ ਉਹਨਾਂ ਦੇ ਘਰ ਦੇ ਵਿੱਚ ਕੋਈ ਬਿਮਾਰ ਹੋ ਜਾਂਦਾ ਹੈ, ਕੋਈ ਦੁੱਖ ਤਕਲੀਫ ਹੋ ਜਾਂਦੀ ਹੈ, ਤੇ ਉਹਨਾਂ ਦੇ ਘਰਾਂ ਦੇ ਵਿੱਚ ਜਾਂਦੇ ਆ, ਇਹ ਕਹਿੰਦੇ ਤੁਸੀਂ ਠੀਕ ਹੋ ਜਾਓਗੇ, ਤੁਹਾਨੂੰ ਅਸੀਂ ਪੈਸੇ ਦਿੰਦੇ ਆ ਜੀ। ਔਰ ਜਿਹੜੀਆਂ ਭੈਣਾਂ ਮਾਤਾਵਾਂ ਮਜਬੂਰ ਵਿਚਾਰੀਆਂ ਪੰਜਾਬ ਦੇ ਵਿੱਚ ਰਹਿਣ ਵਾਲੀਆਂ ਨੇ, ਉਹ ਇਹਨਾਂ ਤੋਂ ਬੇਵਕੂਫ ਬਣ ਜਾਂਦੀਆਂ ਨੇ, ਉਹ ਚਲੇ ਜਾਂਦੀਆਂ ਚਰਚ ਦੇ ਵਿੱਚ, ਉਸ ਤੋਂ ਬਾਅਦ ਉਹਨਾਂ ਨੂੰ ਬੇਵਕੂਫ ਬਣਾ ਦਿੱਤਾ ਜਾਂਦਾ ਹੈ। ਇਸ ਤਰ੍ਹਾਂ ਦਾ ਕੰਮ ਹੋ ਰਿਹਾ ਪੰਜਾਬ ਦੇ, ਇਹਨਾਂ ਨੇ ਬੇੜਾ ਗਰਕ ਕਰਕੇ ਰੱਖਤਾ। ਦਸਾਂ ਗੁਰੂਆਂ ਦੀ ਕੁਰਬਾਨੀ ਨੂੰ ਭੁੱਲ ਗਏ ਨੇ, ਤੁਸੀਂ ਕਿੱਦਾਂ ਭੁੱਲ ਸਕਦੇ ਹੋ ਇਸ ਚੀਜ਼ ਨੂੰ? ਤੁਸੀਂ ਮੈਨੂੰ ਕਹਿ ਰਹੇ ਹੋ ਵੀ ਅੱਗ ਲਾਉਣ ਦਾ ਕੰਮ ਨਹੀਂ ਕੀਤਾ ਜਾ ਰਿਹਾ, ਅੱਜ ਸਭ ਤੋਂ ਜ਼ਿਆਦਾ ਸਿੱਖ ਭਾਈਚਾਰਾ ਜਿਹੜਾ ਕਨਵਰਟ ਹੋ ਰਿਹਾ, ਇਹ ਦਸਾਂ ਗੁਰੂਆਂ ਦੀ ਮਤਲਬ ਸ਼ਹਾਦਤ ਦੇ ਉੱਪਰੋਂ ਲੰਘ ਕੇ ਜਾ ਰਹੇ ਲੋਕ, ਪਗੜੀ ਧਾਰੀ ਲੋਕ, ਮੈਂ ਸਾਬਤ ਕਰਕੇ ਦਿਖਾ ਦਾਂਗਾ ਤੁਹਾਨੂੰ, ਪਾਸਟਰ ਬਣੇ ਹੋਏ ਨੇ ਜੀ। ਮੈਂ ਤਾਂ ਕਹਿੰਦਾ ਤੁਹਾਨੂੰ ਆਵਾਜ਼ ਚੱਕਣੀ ਚਾਹੀਦੀ ਹੈ ਸਭ ਤੋਂ ਪਹਿਲਾਂ। ਇਹ ਜਿਹੜਾ ਮੁੱਦਾ ਹੈ, ਇਹ ਤਾਂ ਮੁੱਦਾ ਤਾਂ ਜਿਹੜਾ, ਚਲੋ ਦੇਖੋ ਕੁਝ ਲੋਕ ਲੱਗੇ ਹੋਏ ਨੇ ਸਿੱਖਾਂ ਤੇ ਹਿੰਦੂਆਂ ਨੂੰ ਲੜਾਉਣ ਦੇ ਵਿੱਚ, ਅਸੀਂ ਇੱਕ ਅਸੀਂ ਇੱਕ ਅਸੀਂ ਕਦੇ ਅਲੱਗ ਨਹੀਂ ਹੋਏ। ਹਾਂ, ਜੇ ਕੋਈ ਸਿੱਖ ਭਰਾ ਵੀ ਗਲਤ ਕਰੇਗਾ ਤੇ ਬਿਲਕੁਲ ਮੈਂ ਆਵਾਜ਼ ਚੱਕਾਂਗਾ। ਮੈਂ ਤੁਹਾਡੀ ਪੱਗ ਵਾਲੇ ਮੁੱਦੇ ਦੇ ਉੱਪਰ ਵੀ ਆਵਾਂਗਾ, ਜਿਹੜਾ ਤੁਸੀਂ ਸ਼ਬਦ ਵਰਤਿਆ ਨਾ ਪੱਗ ਵਾਲੇ ਵੀ ਜਿਹੜੇ ਨੇ ਪਾਸਟਰ ਬਣੇ ਹੋਏ ਨੇ, ਸਿੱਖਾਂ ਦੇ ਵਿੱਚੋਂ ਹੋਏ ਨੇ ਜੀ। ਇੱਕ ਚੀਜ਼ ਜਤਿੰਦਰ ਜੀ ਯਾਦ ਰੱਖਿਆ, ਜੇ ਸਿੱਖੀ ਸ਼ਰਤਾਂ ਤੇ ਨਹੀਂ ਖਲੋਂਦੀ, ਮੇਰੀ ਗੱਲ ਕੰਪਲੀਟ ਹੋਣ ਦਿਆ, ਜੇ ਸਿੱਖੀ ਸ਼ਰਤਾਂ ਦੇ ਉੱਪਰ ਨਹੀਂ ਹੈ ਵੀ ਜੇ ਕੋਈ ਸਾਨੂੰ ਇਹ ਗੱਲ ਕਹਿ ਦੇ ਮੈਨੂੰ ਕੋਠਾ ਪਾ ਕੇ ਦਿਓ ਤੇ ਮੈਂ ਸਿੱਖ ਬਣਾਂਗਾ, ਨਹੀਂ ਤੇ ਮੈਂ ਸਿੱਖ ਨਹੀਂ ਬਣਾਂਗਾ, ਜੇ ਕੱਲ ਨੂੰ ਕਿਸੇ ਨੇ ਕੋਠੀ ਪਾਤੀ ਫਿਰ ਤਾਂ ਉੱਧਰ ਚਲਾ ਜਾਵੇਗਾ ਨਾ। ਬਿਲਕੁਲ, ਸਿੱਖੀ ਸ਼ਰਤਾਂ ਤਾਂ ਨਹੀਂ, ਸਿੱਖੀ ਸਿਧਾਂਤਾਂ ਦੇ ਉੱਪਰ ਖਲੋਂਦੀ ਹੈ, ਸਿੱਖੀ ਅਸੂਲਾਂ ਦੇ ਉੱਪਰ ਖਲੋਂਦੀ ਹੈ। ਇਸ ਕਰਕੇ ਸਿੱਖ ਧਰਮ ਪਰੰਪਰਾਵਾਦੀ ਨਹੀਂ ਹੈ, ਇਹ ਆਦਰਸ਼ਵਾਦੀ ਹੈ, ਇਹ ਸਿਧਾਂਤਵਾਦੀ ਹੈ। ਇਸ ਗੱਲ ਨੂੰ ਚੰਗੀ ਤਰ੍ਹਾਂ ਸਮਝਣਾ ਪੈਣਾ। ਜਿਹੜੇ ਪੱਗਾਂ ਵਾਲੇ ਨੇ ਜੀ, ਮੈਂ ਫਿਰ ਇਹ ਗੱਲ ਕਹਿਣ ਲੱਗਾ ਵਾਂ, ਉਹ ਸਿੱਖ ਨਹੀਂ ਹੈ, ਉਹਨਾਂ ਦੇ ਜੇ ਨਾਮ ਨਾਲ ਸਿੰਘ ਵੀ ਲੱਗਦਾ ਉਹ ਸਿੱਖ ਨਹੀਂ ਹੈ।
क्योंकि किसी के नाम नाल सिंह लगन सिख नहीं बन जाता। सिख परिवार के जम के कोई सिख नहीं बन जाता। सिक्खी के सिद्धांत को जो अपने जीवन में लैके आता उदो सिख बन जाता। सो इस करके गुमराह करते हैं लोगों भी पंजाब के जोड़े ने पगों वाले बना दौ भी पग सिर दौ पर इस प्रकार हो गया। दूजी गल तुसी गल कही है भी पंजाब जिहड़ा आ हिंदुआ का है पंजाब सिखा का है शब्द तुसी वरते बिल्कुल पर जे पंजाब हिंदुआ का भी है पंजाब सिखा का भी है। जो पंजाब दे विच कोई लड़ाई लड़नी होंगी है सारिया तो अगे अग दे विच सिख ही क्यों मचता हिंदू लड़ाई दे विच हिंदू नाल नहीं खड़ा बराबर समझोगे तो बराबर समझोगे थोड़ा योगदान किसानी मोर्चे वेले केड़ा योगदान पाइए दसो कई योगदान जी कई हिंदुओं ने योगदान पाया लेकिन कमेंटा दे विच लिखा जांदा सी ये मूत पीनी कौम है ये है वो है कि किसान सिर्फ सिख है हरियाणे दे विच जिहड़े किसान ने सिख ने हो यूपी ਦੇ ਵਿੱਚ ਜਿਹੜੇ ਕਿਸਾਨ ਨੇ ਮੈਂ ਕਹਿੰਦਾ ਸਾਰੇ ਕਿਸਾਨ ਨੇ ਜਿਹੜਾ ਬੰਦਾ ਰੋਟੀ ਖਾ ਰਿਹਾ ਹੈ ਇਹਦੇ ਵਿੱਚ ਹਿੰਦੂਆਂ ਵਾਲਾ ਕਿਹੜਾ ਮੈਟਰ ਆ ਗਿਆ ਕਿਸਾਨੀ ਨਾਲ ਜੁੜਿਆ ਹੋਇਆ ਜੀ ਇਹਦੇ ਵਿੱਚ ਹਿੰਦੂ ਵਾਲਾ ਕਿਹੜਾ ਮੈਟਰ ਆ ਗਿਆ ਕਈ ਹਿੰਦੂਆਂ ਨੇ ਸਪੋਰਟ ਕੀਤੀ ਹੈ ਜੀ ਕਿਹੜਿਆਂ ਨੇ ਕੀਤੀ ਕਈ ਹਿੰਦੂਆਂ ਨੇ ਸਪੋਰਟ ਕੀਤੀ ਉਸ ਵੱਡੇ ਪੱਧਰ ਤੇ ਉਹ ਫਿਰ ਕੌਣ ਸਨ ਜਿਹੜੇ ਲੁਧਿਆਣੇ ਦੇ ਵਿੱਚ ਬੈਠੇ ਆ ਜਿਹੜੇ ਕਹਿੰਦੇ ਕਿਸਾਨ ਬੰਦਾਤਾ ਨਾ ਕਹੋ ਆਪਸ ਦੇ ਵਿੱਚ ਜਿਹੜੇ ਕਹਿੰਦੇ ਕਿਸਾਨਾਂ ਦਾ ਜਿਹੜਾ ਸੰਘਰਸ਼ ਬਿਲਕੁਲ ਖਤਮ ਕਰ ਦਿਓ ਸਿੱਖੀ ਲੀਡਰ ਅਗੇਂਸਟ ਬਿਆਨ ਦੇ ਦਿੱਤੇ ਟਿੱਕੇ ਲਾ ਕੇ ਉਹ ਕਹੋ ਸੀ ਜਿਹੜੇ ਜਿਹੜੇ ਸਿੱਖੀ ਲੀਡਰ ਨੇ ਜਿਹੜਾ ਆਪਣੇ ਨਾਮ ਚਮਕਾਉਣਾ ਚਾਹੁੰਦੇ ਆ ਹਿੰਦੂਆਂ ਨੂੰ ਮਾੜਾ ਬੋਲ ਕੇ ਆਪਣੀ ਰਾਜਨੀਤੀ ਚਮਕਾਉਣਾ ਚਾਹੁੰਦੇ ਉਹਨੇ ਇਕੱਠੇ ਨਹੀਂ ਹੋਣ ਦਿੱਤੇ ਕਦੇ ਮੇਰਾ ਮੇਰੇ ਜਵਾਬ ਤੇ ਦੇ ਦਿਓ ਮੈਂ ਤੁਹਾਡੇ ਸਵਾਲ ਦਾ ਜਵਾਬ ਦੇਣਾ ਤੁਸੀਂ ਇੱਕ ਸ਼ਬਦ ਵਰਤਿਆ ਵੀ ਜਿਹੜੇ ਸਾਨੂੰ ਉੱਥੇ ਮੂਤਪੀਣੀ ਕੌਮ ਲਿਖ ਦਿੰਦੇ ਆ ਅਸੀਂ ਉਹਨਾਂ ਨਾਲ ਕਿਵੇਂ ਖਲੋਈਏ ਬਿਲਕੁਲ ਕਿਸੇ ਜ਼ਿੰਮੇਵਾਰ ਬੰਦੇ ਦਾ ਨਾਮ ਲਓ ਮੈਂ ਜ਼ਿੰਮੇਵਾਰ ਸਾਂ ਜੀ ਠੀਕ ਹੈ ਜੀ ਮੈਂ ਲਿਖਿਆ ਇਹ ਵਰਡ ਕਿਹਨੇ ਲਿਖਿਆ ਇਹਦਾ ਮਤਲਬ ਕਿਸੇ ਨੇ ਲਿਖ ਦਿੱਤਾ ਤੁਹਾਨੂੂੰ ਬਹਾਨਾ ਮਿਲ ਗਿਆ ਜਿਨ੍ਹਾਂ ਨੇ ਲਿਖਿਆ ਉੱਤੇ ਕਾਰਵਾਈ ਤਾਂ ਕਰਾਓ ਨਾ ਜੀ ਸਾਡੇ ਨਾਲ ਕਰੋ ਕਾਰਵਾਈ ਅਸੀਂ ਉਹਦੇ ਹੱਕ ਦੇ ਵਿੱਚ ਜੀ ਆਵਾਂਗੇ ਫਿਰ ਦੱਸੋ ਤੁਸੀਂ ਸਾਡੇ ਨਾਲ ਖੜੋ ਜਿਹੜਾ ਇਹ ਹੁਣ ਮੇਰੀ ਗੱਲ ਸੁਣੋ ਹੁਣ ਮੇਰੀ ਗੱਲ ਸੁਣੋ 17 ਤਰੀਕ ਨੂੰ ਜਿਹੜਾ ਇਹਨਾਂ ਨੇ ਬੰਦ ਕੀਤਾ ਉਦੋਂ ਹਿੰਦੂ ਭਾਈਚਾਰੇ ਦਾ ਤਿਉਹਾਰ ਸੀ ਹੋਈ ਮਾਤਾ ਦਾ ਤਿਉਹਾਰ ਉਸ ਦਿਨ ਇਹਨਾਂ ਨੇ ਜਾਮ ਲਾਇਆ ਕ੍ਰਿਸਚਨ ਭਾਈਚਾਰੇ ਨੇ ਹਾਂਜੀ ਕ੍ਰਿਸਚਨ ਭਾਈਚਾਰਾ ਨਹੀਂ ਹੈਗਾ ਜੀ ਕ੍ਰਿਸਚਨ ਭਾਈ ਜਿਹੜੇ ਲੋਕ ਆਪਣੇ ਪਿਓ ਬਦਲ ਲੈਂਦੇ ਨੇ ਆਪਦਾ ਧਰਮ ਬਦਲ ਲੈਂਦੇ ਨੇ ਮੈਂ ਉਹਨਾਂ ਨੂੰ ਭਾਈਚਾਰਾ ਨਹੀਂ ਕਵਾਂਗਾ ਮੈਂ ਇਹਨਾਂ ਤੋਂ ਪਰੇਸ਼ਾਨ ਹੋ ਚੁੱਕਾ ਹਾਂ ਮੈਂ ਤੁਹਾਨੂੰ ਆਪਣੇ ਤਜਰਬੇ ਜਿਹੜੇ ਆ ਉਹ ਸਾਂਝੇ ਕਰਾਂਗਾ ਮੈਂ ਇਹਨਾਂ ਨੂੰ ਕਿਉਂ ਇੰਨਾ ਮਾੜਾ ਬੋਲ ਰਿਹਾ ਮੈਂ ਕਿਸੇ ਧਰਮ ਤੋਂ ਨਫ਼ਰਤ ਨਹੀਂ ਕਰਦਾ ਸਾਡਾ ਧਰਮ ਜਿਹੜਾ ਆ ਉਹ ਸਭ ਦਾ ਸਤਿਕਾਰ ਕਰਨਾ ਸਿਖਾਉਂਦਾ ਹੈ ਲੇਕਿਨ ਜਿਹੜਾ ਭਾਈਚਾਰਾ ਸਾਡੇ ਭਗਵਾਨਾਂ ਨੂੰ ਸ਼ੈਤਾਨ ਦੱਸੇਗਾ ਸਾਡੇ ਗੁਰੂਆਂ ਨੂੰ ਸ਼ੈਤਾਨ ਦੱਸੇਗਾ ਮੈਂ ਉਹਨੂੰ ਬਿਲਕੁਲ ਵੀ ਬਰਦਾਸ਼ਤ ਨਹੀਂ ਕਰਾਂਗਾ ਮੈਨੂੰ ਪਾਕਿਸਤਾਨ ਤੋਂ ਕੋਲਾਂ ਆ ਰਹੀਆਂ ਨੇ ਉੱਥੇ ਮੁਸਲਿਮ ਭਾਈਚਾਰੇ ਨੂੰ ਵੀ ਕਨਵਰਟ ਕਰ ਰਹੇ ਆ ਯਾਰ ਉਸ ਕੁਦਰਤ ਨੇ ਤੁਹਾਨੂੰ ਜਿਸ ਧਰਮ ਦੇ ਵਿੱਚ ਭੇਜਤਾ ਤੁਸੀਂ ਰਹੋ ਹਾਂ ਤੁਸੀਂ ਮਨ ਜੀ ਨੂੰ ਮਰਜ਼ੀ ਦੱਸ ਮੈਂ ਹਿੰਦੂ ਧਰਮ ਦੇ ਵਿੱਚ ਜਨਮ ਲਿਆ ਮੈਂ ਗੁਰਦੁਆਰਾ ਸਾਹਿਬ ਜਾ ਸਕਦਾ ਮੈਂ ਮਸਜਿਦ ਜਾ ਸਕਦਾ ਪਰ ਹੁਣ ਗਿਰਜਾ ਘਰ ਨਹੀਂ ਜਾਊਂਗਾ ਕਿਉਂਕਿ ਗਿਰਜਾ ਘਰ ਦੇ ਵਿੱਚ ਪਾਸਟਰਾਂ ਵੱਲੋਂ ਕਿਹਾ ਜਾਂਦਾ ਵੀ ਬਾਕੀ ਜਿਹੜੇ ਧਰਮ ਨੇ ਉਹ ਸ਼ੈਤਾਨ ਹੈ ਅਤੇ ਜੇ ਅਸੀਂ ਆਪਣੇ ਭਗਵਾਨਾਂ ਬਾਰੇ ਸ਼ੈਤਾਨ ਸੁਣਾਂਗੇ ਅਤੇ ਮੈਂ ਅੰਮ੍ਰਿਤਪਾਲ ਦੀ ਸਪੋਰਟ ਵੀ ਤਾਂ ਹੀ ਕਰ ਰਿਹਾ ਅੰਮ੍ਰਿਤਪਾਲ ਨੂੰ ਮੈਂ ਇੱਕ ਮਿੰਟ ਜੀ ਗੱਲ ਕੰਪਲੀਟ ਆਪਾਂ ਕਰ ਲਈਏ ਤੁਸੀਂ ਅੰਮ੍ਰਿਤਪਾਲ ਦੀ ਸਪੋਰਟ ਕਰ ਰਹੇ ਹੋ ਮੈਂ ਬਿਲਕੁਲ ਕਰਾਂਗਾ ਜੀ ਅੰਮ੍ਰਿਤਪਾਲ ਦੀ ਸਪੋਰਟ ਉਹਦੇ ਬਿਆਨ 'ਤੇ ਕਰਾਂਗਾ ਅੰਮ੍ਰਿਤਪਾਲ ਦੀ ਸਪੋਰਟ ਜਿਹੜਾ ਉਹਨੇ ਬੋਲਿਆ ਵੀ ਆਪਣਾ ਕੀ ਕਹਿੰਦੇ ਆ ਵੀ ਜਿਹੜੇ ਤੁਹਾਡੇ ਬਾਬਾ ਜੀ ਮੈਂ ਬੋਲ ਵੀ ਦਿੰਦਾ ਮੈਂ ਬਿਆਨ ਵੀ ਦੇ ਦਿੰਦਾ ਵੀ ਜਿਹੜੇ ਤੁਹਾਡੇ ਹੈਗੇ ਆ ਆਪਣੇ ਯਸ਼ੂ ਭਗਵਾਨ ਜੇ ਉਹ ਆਪਣੇ ਆਪ ਨੂੰ ਨਹੀਂ ਬਚਾ ਸਕੇ ਤਾਂ ਕਿਹਨੂੰ ਬਚਾਣਗੇ ਮੈਂ ਬਿਲਕੁਲ ਕਹਿੰਦਾ ਇਸ ਬਿਆਨ ਦੇ ਵਿੱਚ ਤੁਸੀਂ ਇਸ ਬਿਆਨ ਦੀ ਸਪੋਰਟ ਕਰਦੇ ਹੋ ਬਿਲਕੁਲ ਸਪੋਰਟ ਕਰਦਾ ਜੀ ਠੋਕ ਕੇ ਸਪੋਰਟ ਕਰਦਾ ਜਿੱਥੇ ਮੇਰੀ ਲੋੜ ਲੱਗੂਗੀ ਸੰਗਠਨ ਕਿਹੜਾ ਤੁਹਾਡਾ ਸਾਡਾ ਮਹਾਦੇਵ ਸੇਵਾ ਦਲ ਵੀ ਹੈ ਜੀ ਆਜ਼ਾਦੀ ਵਾ ਸ਼ਕਤੀ ਸੰਘ ਦਾ ਮੈਂ ਪ੍ਰਧਾਨ ਹਾਂ ਜੀ ਔਰ ਭਾਜਪਾ ਤੋਂ ਵੀ ਹਾਂ ਜੀ ਮੈਂ ਆਪਣੇ ਭਰਾਵਾਂ ਨੂੰ ਲੈ ਕੇ ਜਿਹੜੇ ਮੇਰੇ ਨਾਲ ਚੱਲਣਾ ਚਾਹੁੰਦੇ ਹੋਣੇ ਆ ਮੈਂ ਅੰਮ੍ਰਿਤਪਾਲ ਦੀ ਪੂਰੀ ਸਪੋਰਟ ਕਰੂੰਗਾ ਸਿਰਫ ਇਸ ਬਿਆਨ 'ਤੇ ਉਹਦੀ ਸੋਚ ਹੋ ਸਕਦਾ ਮੇਰੇ ਨਾਲ ਨਾ ਮਿਲਦੀ ਹੋਵੇ ਹੋ ਸਕਦਾ ਤੁਹਾਡੀ ਵੀ ਸੋਚ ਮੇਰੇ ਨਾਲ ਨਾ ਮਿਲਦੀ ਹੋਵੇ ਬਕਰੇ ਲੇਕਿਨ ਜਦੋਂ ਤੁਸੀਂ ਇਸਾਈਆਂ ਦੇ ਖਿਲਾਫ਼ ਕੁਛ ਕਰੋਗੇ ਕਿਉਂਕਿ ਇਹ ਪੰਜਾਬ ਨੂੰ ਖਾ ਰਹੇ ਨੇ ਗੱਲ ਕਰਦੇ ਹੈ ਸਾਡੇ ਕੁਛ ਮੈਂ ਤੁਹਾਨੂੰ ਨਹੀਂ ਕਹਾਂਗਾ ਸਾਡੇ ਲੋਕ ਗੱਲ ਕਰਦੇ ਹੈ ਕੋਈ ਗੱਲ ਕਰਦਾ ਹਿੰਦੁਸਤਾਨ ਦੀ ਕੋਈ ਗੱਲ ਕਰਦਾ ਖਾਲਿਸਤਾਨ ਦੀ ਉਹ ਬਣਤਾ ਇਸਤਾਨ ਰਿਹਾ ਆਪਸ 'ਚ ਤਾਂ ਫੇਰ ਲੜ ਲਾਂਗੇ ਜਦੋਂ ਇੱਕ ਪਰਿਵਾਰ ਦੇ ਵਿੱਚ ਦੋ ਭਰਾ ਲੜਦੇ ਨੇ ਲੜ ਰਹੇ ਕੋਈ ਗੱਲ ਨਹੀਂ ਉਹਨਾਂ ਦਾ ਸਮਝੌਤਾ ਹੋ ਜਾਂਦਾ ਉਹਨਾਂ ਦਾ ਪਿਓ ਬੈਠ ਕੇ ਸਮਝੌਤਾ ਕਰਾ ਦਿੰਦਾ ਲੇਕਿਨ ਜਦੋਂ ਗੁਆਂਢੀ ਆ ਕੇ ਫਾਇਦਾ ਚੱਕ ਜੇ ਕਿੱਥੇ ਖੜੇ ਹਿੰਦੂ ਸਿੱਖਾਂ ਦਾ ਫਾਇਦਾ ਅੱਜ ਗੁਆਂਢੀ ਚੱਕ ਰਿਹਾ ਔਰ ਮੈਂ ਤੁਹਾਨੂੰ ਸਾਬਤ ਕਰਕੇ ਦਿਖਾ ਦਿਆਂਗਾ ਜਿਹੜੀ ਹਿੰਦੂ ਸਿੱਖਾਂ ਦੀ ਆਪਸ ਦੇ ਵਿੱਚ ਲੜਾਈ ਹੈ ਨਾ ਜੀ ਉਹ ਕਰਵਾਈ ਈਸਾਈਆਂ ਨੇ ਡਿਵਾਈਡਡ ਐਂਡ ਰੂਲ